ਸਾਡੇ ਪਿਤਾ ਸਮਾਨ ਬਜ਼ੁਰਗ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪੰਜਾਬ ਦੇ 5 ਵਾਰ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਸੁੱਖੇ ਗੱਪੀ ਕੋ ਇਹ ਪੁੱਛੇ ਜਿਸ ਕੋ ਇਹ ਨਹੀਂ ਪਤਾ ਕਿ ਮੇਰਾ ਪਾਪਾ ਹੈ ਕਿ ਨਹੀਂ ਹੈ ਉਹ ਇਹ ਬਾਤੇ ਕਰਤਾ ਉਹ ਅੱਛਾ ਲੱਗਤਾ ਹੈ ਦੋ ਵਾਰ ਮੈਂ ਮਜ਼ਾਕ ਉਡਾ ਚੁੱਕਾ ਹੂੰ ਫਿਰ ਕਹਿਤਾ ਮੇਰੇ ਪਿਤਾ ਸਮਾਨ ਇਸ ਕੋ ਇਹ ਨਹੀਂ ਪਤਾ ਕਿ ਮੇਰੇ ਪਿਤਾ ਵੀ ਹੈ ਕਿ ਨਹੀਂ ਹੈ ਜੋ ਇਹ ਬੰਦਾ ਐਸੀ ਬਾਤੇ ਕਰਤਾ ਉਸ ਕੋ ਜਵਾਬ ਦੇਣਾ ਚਾਹੀਏ ਦੂਸਰੀ ਬਾਤ ਮੈਂ ਫਿਰ ਕਹਿ ਰਹਾ ਹੂੰ ਇਹ ਖੁਦ ਮੀਡੀਆ ਬੈਰਨ ਹੈ ਖੁਦ ਪੀਟੀਸੀ ਕੋ ਚਲਾਤਾ ਹੈ ਹਮਨੇ ਕਭੀ ਪੀਟੀਸੀ ਕਾ ਇਹ ਉਠਾ ਕੇ ਐਸੇ ਨਹੀਂ ਫੇਂਕਾ ਆਜ ਤੱਕ ਨਹੀਂ ਫੇਂਕਾ ਇਸ ਕਾ ਇਤਨਾ ਅਹੰਕਾਰ ਹੈ ਕਿ ਇਹ 7 ਇਲੈਕਸ਼ਨ ਹਾਰ ਚੁੱਕਾ ਹੈ ਫਿਰ ਵੀ ਇਸ ਕੋ ਮੀਡੀਆ ਕੀ ਰਿਸਪੈਕਟ ਕਰਨੀ ਨਹੀਂ ਆਤੀ ਇਹ ਆਜ ਵੀ ਉਸੀ ਅਹੰਕਾਰ ਮੇ ਇਨ ਦੀ ਕਲਾਊਡ ਕੁਕੂ ਵਰਲਡ ਹੀ ਲਿਵਸ ਆਜ ਵੀ ਉਠਾ ਕੇ ਕਦੀ ਕਿਸੀ ਕਾ ਉਹ ਫੇਂਕ ਦਿੱਤਾ ਹੈ ਕਭੀ ਕਿਸੀ ਕਾ ਉਹ ਫੇਂਕ ਦਿੱਤਾ ਮੇਰਾ ਮੈਂ ਕਹਿੰਦਾ ਕਿਸੇ ਨਾਲ ਹੋਵੇ ਠੀਕ ਹੈ ਮੈਂ ਇਹ ਕਹਿ ਸਕਦਾ ਵੀ ਭਾਈ ਮੈਂ ਤੈਨੂੰ ਨਹੀਂ ਮਿਲਣਾ ਮੈਂ ਤੇਰੇ ਨਾਲ ਗੱਲਬਾਤ ਨਹੀਂ ਕਰਨੀ ਪਰ ਅਗਰ ਕੋਈ ਆ ਕੇ ਇਦਾਂ ਰੱਖ ਦਿੰਦਾ ਮੈਂ ਚੁੱਕ ਕੇ ਐਂ ਭਗਾ ਕੇ ਨਹੀਂ ਕਦੇ ਮਾਰੇ ਪਿਆ ਇਹ ਐਡਾ ਵਾਹੀਆਤ ਆਦਮੀ ਹੈ ਇਹਨੂੰ ਕੋਈ ਅਕਲ ਨਹੀਂ ਇਹ ਆਪਣੇ ਅਹੰਕਾਰ ਚੋਂ ਨਿਕਲ ਹੀ ਨਹੀਂ ਸਕਿਆ ਔਰ ਇਹਦੇ ਅਹੰਕਾਰ ਦਾ ਨਤੀਜਾ ਵੀ ਅੱਜ ਇਹਦਾ ਵਿਰੋਧ ਇਹ ਪੰਥ ਦੀ ਗੱਲ ਕਰਦਾ ਜਿਸ ਪੰਥ ਔਰ ਗ੍ਰੰਥ ਦੀ ਨਿਰਮਲ ਧਾਰਾ ਦੇ ਵਿੱਚੋਂ ਅਕਾਲੀ ਦਲ ਨਿਕਲਿਆ ਉਹ ਪੰਥ ਵੀ ਡਟ ਕੇ ਸਿੱਖ ਕੌਮ ਡਟ ਕੇ ਇਹਦੇ ਖਿਲਾਫ ਖੜੀ ਹੈ ਜੁੱਤੇ ਵੱਜ ਰਹੇ ਨੇ ਬਜ਼ੁਰਗ ਦੇ ਵੀ ਇਹਦੇ ਵੀ ਡਾਂਗਾਂ ਵੱਜਦੀਆਂ ਨੇ ਲੋਕੀ ਕਿਰਪਾਨਾਂ ਕੱਢੀ ਖੜੇ ਆ ਔਰ ਦੂਸਰੀ ਗੱਲ ਇਹਦੇ ਆਪਦੇ ਅਕਾਲੀ ਦਲ ਦੇ ਬੰਦੇ ਢੀਂਡਸਾ ਸਾਹਿਬ ਅਕਾਲੀ ਦਲ ਨਹੀਂ ਹਾਂਜੀ ਬੀਬੀ ਕਿਰਨਜੋਤ ਕੌਰ ਅਕਾਲੀ ਦਲ ਨਹੀਂ ਹੈ ਬ੍ਰਹਮਪੁਰਾ ਸਾਹਿਬ ਅਕਾਲੀ ਦਲ ਨਹੀਂ ਡਾਕਟਰ ਰਤਨ ਸਿੰਘ ਨਾਲ ਅਕਾਲੀ ਦਲ ਨਹੀਂ ਸੇਖਵਾਂ ਸਾਹਿਬ ਅਕਾਲੀ ਦਲ ਨਹੀਂ ਕੌਣ ਖੜਾ ਇਹਦੇ ਨਾਲ ਇਹ ਅਕਾਲੀ ਦਲ ਖਾਲੀ ਦਲ ਬਣਾਊ ਇਹ ਜੀਜਾ ਸਾਲਾ ਪ੍ਰਾਈਵੇਟ ਲਿਮਿਟਡ ਕੰਪਨੀ ਬਣੂ ਇਸ ਦੇ ਨਾਲ ਹੀ ਇਜਾਜ਼ਤ ਦਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ ਤੁਹਾਡਾ ਦਿਨ ਸ਼ੁਭ ਰਹੇ ਧੰਨਵਾਦ